हर जस टीवी देख रहे सारे दर्शकों का मैं हिमानी आज की खबर विच थोड़ा सारिया का स्वागत करती हाँ। सिद्धू मूसे वाले कतलकांड विच मुख दोषी गोल्डी बराड़ नू कैनेडियन सरकार ने 25 लोड़ींदे गैंगस्टरां दी नाम विच शामिल कर लिया है। इस टाइम मेरे नाल फोन कॉल ते जुड़ चुके हैं मेरे साथी हरविंदर सिंह जी, आओ उन्हां नाल गलबात करते हैं इस मुद्दे उत्ते। हरविंदर जी, हुण मैं थोतों ये जानना चाहूँगी कि थोड़ा इस बारे की कहना है। ਧੰਨਵਾਦ ਹਿਮਾਨੀ ਜੀ। ਜਿਵੇਂ ਕਿ ਤੁਸੀਂ ਖਬਰ ਦੇਖ ਹੀ ਲਈ ਹੈਗੀ ਆ ਕਿ ਕੈਨੇਡਾ ਸਰਕਾਰ ਨੇ ਜਿਹੜੇ 25 ਲੋੜੀਂਦਾ ਗੈਂਗਸਟਰ ਹੈਗੇ ਆ ਉਹਨਾਂ ਦੀ ਸੂਚੀ ਦੇ ਵਿੱਚ ਗੋਲਡੀ ਬਰਾੜ ਨੂੰ ਜਿਹੜਾ ਹੈਗਾ ਉਹ ਸ਼ਾਮਿਲ ਕੀਤਾ ਹੈਗਾ, ਜਿਹਦਾ ਨਾਂ ਪੂਰਾ ਨਾਂ ਜਿਹੜਾ ਹੈਗਾ ਸਤਿੰਦਰ ਸਿੰਘ ਬਰਾੜ ਹੈ, ਉਰਫ ਗੋਲਡੀ ਬਰਾੜ, 29 ਸਾਲ ਦੀ ਉਮਰ ਹੈਗੀ ਆ। ਤੇ ਇਹ ਜਿਹੜਾ ਗੋਲਡੀ ਬਰਾੜ ਜਿਹੜਾ ਹੈਗਾ ਇਹ ਗਾਇਕ ਤੇ ਸਿਆਸਤਦਾਨ ਜਿਹੜੇ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮੁੱਖ ਸਾਜ਼ਿਸ਼ਕਰਤਾ ਵੀ ਇਹਨੂੰ ਮੰਨਿਆ ਗਿਆ ਹੈਗਾ। ਤੇ ਕੈਨੇਡਾ ਸਰਕਾਰ ਨੇ ਇਹਨੂੰ ਜਿਹੜੇ ਟੌਪ ਦੇ 25 ਲੋੜੀਂਦੇ ਗੈਂਗਸਟਰ ਜਿਹੜੇ ਹੈਗੇ ਆ ਉਹਨਾਂ ਦੀ ਸੂਚੀ ਦੇ ਵਿੱਚ ਇਹਨੂੰ ਸ਼ਾਮਿਲ ਕੀਤਾ ਹੈਗਾ। ਤੇ ਇਹਨਾਂ ਖਤਰਨਾਕ ਗੈਂਗਸਟਰਾਂ ਦੀ ਕੈਨੇਡਾ ਪੁਲਿਸ ਨੂੰ ਜਿਹੜੀ ਆ ਬਹੁਤ ਬੇਸਬਰੀ ਦੇ ਨਾਲ ਭਾਲ ਵੀ ਜਿਹੜੀ ਹੈਗੀ ਆ ਉਹ ਕੈਨੇਡਾ ਸਰਕਾਰ ਨੂੰ ਹੈਗੀ ਆ। ਔਰ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਨੇ ਵੀ ਇੱਕ ਬਿਆਨ ਦੇ ਵਿੱਚ ਕਿਹਾ ਹੈਗਾ ਕਿ ਭਾਰਤ ਨੇ ਜੂਨ 2022 ਦੇ ਵਿੱਚ ਗੋਲਡੀ ਬਰਾੜ ਦੇ ਖਿਲਾਫ ਇੰਟਰਪੋਲ ਦਾ ਰੈੱਡ ਨੋਟਿਸ ਹਾਸਲ ਕੀਤਾ ਸੀ, ਜਿਸ ਮਗਰੋਂ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਗਰੋਹ ਨਾਲ ਸੰਬੰਧਿਤ ਪੰਜਾਬ ਮੂਲ ਦੇ ਗੈਂਗਸਟਰਾਂ ਦੀ ਤਲਾਸ਼ ਸੀ। ਕੈਨੇਡੀਅਨ ਪੁਲਿਸ ਵੱਲੋਂ ਟੋਰਾਂਟੋ ਦੇ ਯੋਂਗੇ ਡੁਡਾਂਸ ਚੁਰਾਹੇ ਤੇ ਬਰਾੜ ਸਣੇ 25 ਭਗੌੜਿਆਂ ਦਾ ਕੱਟ ਆਊਟ ਵੀ ਜਿਹੜਾ ਹੈਗਾ ਉੱਥੇ ਲਗਾ ਦਿੱਤਾ ਗਿਆ ਹੈਗਾ। ਤੇ ਬਰਾੜ ਦੇ ਉੱਤੇ ਕਤਲ, ਇਰਾਦਾ ਕਤਲ, ਕਤਲ ਦੀ ਸਾਜ਼ਿਸ਼ ਘੜਨ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਦੋਸ਼ ਵੀ ਜਿਹੜੇ ਆ ਲਗਾ ਕੇ ਉਹਦੇ ਉੱਤੇ ਕੇਸ ਦਰਜ ਕੀਤੇ ਗਏ ਆ। ਕੈਨੇਡੀਅਨ ਪੁਲਿਸ ਵੱਲੋਂ ਜਾਰੀ ਸੂਚਨਾ ਵਿੱਚ ਗੋਲਡੀ ਬਰਾੜ ਦਾ ਨਾਮ ਜਿਹੜਾ ਹੈਗਾ ਉਹ 15 ਥਾਂ ਤੇ ਲਾਇਆ ਗਿਆ ਹੈਗਾ। ਜਿਹੜੀ ਸੂਚੀ ਕੈਨੇਡਾ ਸਰਕਾਰ ਨੇ 25 ਗੈਂਗਸਟਰਾਂ ਦੀ ਜਿਹੜੀ ਬਣਾਈ ਹੈ ਉਹਦੇ ਵਿੱਚ ਇਹਦਾ ਗੋਲਡੀ ਬਰਾੜ ਦਾ 15ਵਾਂ ਥਾਂ ਆ। ਤੇ ਉਸਦੇ ਸਿਰ ਦੇ ਉੱਤੇ ਫਿਲਹਾਲ ਅਜੇ ਕੋਈ ਵੀ ਇਨਾਮ ਨਹੀਂ ਰੱਖਿਆ ਗਿਆ ਹੈਗਾ। ਤੇ ਬਰਾੜ ਦੀ ਜੇ ਆਪਾਂ ਗੱਲ ਕਰੀਏ ਤੇ ਜੋ ਪੱਤਰ ਜੋ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਪਤਾ ਲੱਗਾ ਸੀਗਾ ਕਿ ਗੋਲਡੀ ਬਰਾੜ ਸਾਲ 2017 ਦੇ ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀਗਾ। ਤੇ ਜਿਹੜਾ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਜਿਹੜਾ ਸੀ ਇਹ 29 ਮਈ 2022 ਨੂੰ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਇਹਦਾ ਜਿਹੜਾ ਸੀਗਾ ਕਤਲ ਹੋ ਗਿਆ ਸੀਗਾ। ਔਰ ਇਹਦੀ ਜ਼ਿੰਮੇਵਾਰੀ ਵੀ ਜਿਹੜੀ ਗੋਲਡੀ ਬਰਾੜ ਨੇ ਲਈ ਸੀ। ਇਹਦੇ ਗੋਂਗ ਜਿਹੜਾ ਗੈਂਗਸਟਰਾਂ ਦੇ ਉੱਤੇ ਦੋਸ਼ ਹੈਗਾ ਕਿ ਉਸਨੇ ਬਹੁਤੇ ਅਪਰਾਧ ਕੈਨੇਡਾ ਵਿੱਚ ਰਹਿ ਕੇ ਕੀਤੇ ਤੇ ਇਹ ਸਾਰੇ ਜੱਜ ਅਧੀਨ ਹੈ। ਜਿਹੜੇ ਕਿ ਕੈਨੇਡਾ ਸਰਕਾਰ ਨੇ ਜਿਹੜਾ ਗੋਲਡੀ ਬਰਾੜ ਨੂੰ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਹੈਗਾ ਔਰ ਇੰਡੀਅਨ ਗੌਰਮੈਂਟ ਨੇ ਜਿਹੜੀ ਇੰਟਰਪੋਲ ਦੇ ਰੈਡ ਨੋਟਿਸ ਦੇ ਵਿੱਚ ਗੋਲਡੀ ਬਰਾੜ ਨੂੰ ਲੈ ਕੇ ਆਉਂਦਾ ਸੀਗਾ ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੇ ਗੈਂਗਸਟਰ ਕੈਨੇਡਾ ਦੇ ਵਿੱਚ ਹੈਗੇ ਆ ਔਰ ਗੋਲਡੀ ਬਰਾੜ ਜਿਹੜਾ ਹੈਗਾ ਇਹਦੇ ਤੇ ਜਿਹੜੇ ਅਪਰਾਧਕ ਮਾਮਲੇ ਜਿਹੜੇ ਹੈਗੇ ਆ ਉੱਥੇ ਦਰਜ ਕੀਤੇ ਗਏ ਸੀ ਔਰ ਜਾਂਚ ਦੇ ਅਧੀਨ ਵੀ ਹੈਗੇ ਆ। ਜੀ ਹਾਂਜੀ ਹਿਮਾਨੀ। ਹਰਵਿੰਦਰ ਜੀ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਕੈਨੇਡੀਅਨ ਸਰਕਾਰ ਨੇ ਗੋਲਡੀ ਬਰਾੜ ਦੇ ਉੱਤੇ ਅਪਰਾਧਿਕ ਦੋਸ਼ ਲਗਾਇਆ ਜਾਂ ਨਹੀਂ ਲਗਾਇਆ। ਦੇਖੋ, ਜੋ ਕੈਨੇਡਾ ਪੁਲਿਸ ਵੱਲੋਂ ਜੋ ਬਿਆਨ ਆਇਆ ਉਹਦੇ ਮੁਤਾਬਕ ਤਾਂ ਹਜੇ ਕੈਨੇਡਾ ਪੁਲਿਸ ਨੇ ਗੋਲਡੀ ਬਰਾੜ ਦੇ ਖਿਲਾਫ ਕੋਈ ਅਪਰਾਧਿਕ ਦੋਸ਼ ਨਹੀਂ ਲਗਾਇਆ ਹੈਗਾ। ਤੇ ਗੋਲਡੀ ਬਰਾੜ ਪੰਜਾਬ ਦੇ ਵੈਸੇ ਮੁਕਤਸਰ ਜ਼ਿਲ੍ਹੇ ਨਾਲ ਸੰਬੰਧਿਤ ਹੈਗਾ ਔਰ ਇੰਟਰਪੋਲ ਵੱਲੋਂ ਜਾਰੀ ਨੋਟਿਸ ਤਹਿਤ ਮੈਂਬਰ ਮੁਲਕਾਂ ਦੀ ਸੂਚੀ ਨੂੰ ਵੀ ਅਪਰਾਧ ਨਾਲ ਸੰਬੰਧਿਤ ਲੋੜੀਂਦੀ ਜਿਹੜੀ ਅਹਿਮ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈਗਾ ਔਰ ਰੈੱਡ ਨੋਟਿਸ ਦੇ ਮਸਲੇ ਵਿੱਚ ਸੰਬੰਧਿਤ ਵਿਅਕਤੀ ਮੁਕੱਦਮਾ ਚਲਾਉਣ ਲਈ ਜਾਂ ਗ੍ਰਿਫਤਾਰੀ ਵਾਰੰਟ ਜਾਂ ਅਦਾਲਤ ਦੇ ਫੈਸਲੇ ਦੇ ਆਧਾਰ ਤੇ ਸਜ਼ਾ ਕੱਟਣ ਲਈ ਰਾਸ਼ਟਰੀ ਅਧਿਕਾਰ ਖੇਤਰਾਂ ਦੁਆਰਾ ਲੋੜੀਂਦੇ ਹੁੰਦੇ ਹਨ। ਤੇ ਕੈਨੇਡਾ ਵਿੱਚ ਇੰਟਰਪੋਲ ਦਾ ਰੈੱਡ ਨੋਟਿਸ ਸਥਾਨਕ ਪੁਲਿਸ ਨੂੰ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਅਥਾਰਟੀ ਨਹੀਂ ਦਿੰਦਾ। ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਉਦੋਂ ਹੀ ਗ੍ਰਿਫਤਾਰ ਕੀਤਾ ਜਾਂਦਾ ਹੈ ਜਦੋਂ ਉਸ ਖਿਲਾਫ ਕੋਈ ਵਾਜਬ ਆਧਾਰ ਹੋਵੇ ਤੇ ਉਸਨੇ ਕੈਨੇਡਾ ਦੇ ਵਿੱਚ ਕੋਈ ਅਪਰਾਧ ਕੀਤਾ ਜਾਂ ਉਸ ਖਿਲਾਫ ਕੈਨੇਡੀਅਨ ਗ੍ਰਿਫਤਾਰੀ ਵਾਰੰਟ ਜਾਰੀ ਹੋਵੇ। ਤੇ ਉਸ ਤੋਂ ਬਾਅਦ ਇਹਦੇ ਵਿੱਚ ਇਹ ਵੀ ਸੁਣਿਆ ਜੋ ਕਿਹਾ ਗਿਆ ਹੈਗਾ ਕਿ ਬਰਾੜ ਵੱਲੋਂ ਭਾਰਤ ਵਿੱਚ ਕੀਤੇ ਕਥਿਤ ਅਪਰਾਧ ਕਾਫੀ ਗੰਭੀਰ ਹਨ ਤੇ ਅਜਿਹਾ ਮੰਨਣਾ ਹੈ ਕਿ ਬਰਾੜ ਕੈਨੇਡਾ ਵਿੱਚ ਹੈ ਤੇ ਉਹ ਲੋਕਾਂ ਦੀ ਸੁਰੱਖਿਆ ਲਈ ਜੋਖਮ ਖੜਾ ਕਰ ਸਕਦਾ ਹੈ। ਪਿਛਲੇ ਸਾਲ ਮਾਨਸਾ ਕੋਰਟ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਾਇਰ 850 ਸਫ਼ਿਆਂ ਦੀ ਚਾਰਜਸ਼ੀਟ ਦੇ ਵਿੱਚ ਗੋਲਡੀ ਬਰਾੜ ਦਾ ਨਾਮ ਵੀ ਸ਼ਾਮਿਲ ਸੀਗਾ ਤੇ ਚਾਰਜਸ਼ੀਟ ਦੇ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਤੋਂ ਇਲਾਵਾ ਦਰਜਨਾਂ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਗੈਂਗਸਟਰ ਵਿਰੋਧੀ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਦੀ ਵੀ ਅਗਵਾਈ
ਵਾਲੀ ਸਿੱਟ ਵੱਲੋਂ ਵੀ ਸਿੱਧੂ ਮੂਸੇ ਵਾਲਾ ਕਤਲ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਬਾਨ ਨੇ ਕਿਹਾ ਹੈ ਕਿ ਬਿਸ਼ਨੋਈ ਜਾਂ ਮੁੱਖ ਸਾਜ਼ਿਸ਼ਘਾੜਾ ਹੈ ਨੇ ਕਬੂਲਿਆ ਹੈ ਕਿ ਅਕਾਲੀ ਦਲ ਯੂਥ ਮਿੱਠੂ ਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਹੀ ਅਗਸਤ 2021 ਵਿੱਚ ਸਿੱਧੂ ਮੂਸੇ ਵਾਲਾ ਦੀ ਹੱਤਿਆ ਕਰਨ ਦੀ ਜਿਹੜੀ ਸੀਗੀ ਉਹ ਸਾਜ਼ਿਸ਼ ਕਰੀ ਗਈ ਸੀਗੀ। ਜੀ ਹਰਵਿੰਦਰ ਜੀ, ਇੱਕ ਹੋਰ ਸਵਾਲ ਮੇਰੇ ਮਨ ਵਿੱਚ ਆ ਰਿਹਾ ਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਨੇ ਕੋਈ ਸਵਾਲ ਖੜਾ ਕੀਤਾ ਇਹਨਾਂ ਚੀਜ਼ਾਂ ਤੇ? ਹਾਂਜੀ ਜ਼ਰੂਰ ਜੀ, ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਇਨਸਾਫ਼ ਦੀ ਲੜਾਈ ਉਸ ਸਮੇਂ ਸ਼ੁਰੂ ਕੀਤੀ ਜਦੋਂ ਮੁੱਖ ਮੰਤਰੀ ਸਮੇਤ ਕਈ ਹੋਰ ਧਿਰਾਂ ਨੇ ਗੋਲ ਦੀ ਬਰਾੜ ਨੂੰ ਹਿਰਾਸਤ ਵਿੱਚ ਲੈਣ ਦੀ ਗੱਲ ਕਹੀ ਸੀ। ਉਹਨਾਂ ਸਵਾਲ ਖੜਾ ਕਰਦਿਆਂ ਕਿਹਾ ਕਿ ਜੇ ਗੋਲਡੀ ਬਰਾੜ ਹਿਰਾਸਤ ਵਿੱਚ ਸੀ ਤਾਂ ਕੈਨੇਡਾ ਸਰਕਾਰ ਨੂੰ ਮੋਸਟ ਵਾਂਟਡ ਦੀ ਸੂਚੀ ਵਿੱਚ ਉਸਦਾ ਨਾਂ ਸ਼ਾਮਲ ਕਰਨ ਦੀ ਕੀ ਲੋੜ ਪੈ ਗਈ? ਉੱਧਰ ਪੁਲਿਸ ਅਧਿਕਾਰੀਆਂ ਨੇ ਵੀ ਇਹੀ ਕਿਹਾ ਜੀ ਕਿ ਜਿਹੜਾ ਸੀਨੀਅਰ ਅਧਿਕਾਰੀ ਅਨੁਸਾਰ ਕਿ ਗੋਲਡੀ ਬਰਾੜ ਇਸ ਸਮੇਂ ਅਮਰੀਕਾ ਵਿੱਚ ਲੁਕਿਆ ਹੋਇਆ। ਖੂਫੀਆ ਏਜੰਸੀਆਂ ਮੁਤਾਬਕ ਗੋਲਡੀ ਬਰਾੜ ਮੂਸੇਵਾਲਾ ਦਾ ਕਤਲ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਸੀ। ਪੰਜਾਬੀ ਗਾਇਕ ਦੇ ਕਤਲ ਤੋਂ ਬਾਅਦ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਅਮਰੀਕਾ ਵਿੱਚ ਭੱਜ ਗਿਆ। ਸੂਤਰਾਂ ਮੁਤਾਬਕ ਉੱਥੇ ਜਾ ਕੇ ਉਸਨੇ ਦੋ ਵਕੀਲਾਂ ਦੀ ਮਦਦ ਲਈ ਸਿਆਸੀ ਸ਼ਰਨ ਲੈਣ ਦੀ ਵੀ ਕੋਸ਼ਿਸ਼ ਕੀਤੀ ਸੀ। ਹਿਮਾਨੀ ਜੀ, ਦੂਜੀ ਗੱਲ ਇਹ ਹੈਗੀ ਹੈ ਕਿ ਫਿਲਹਾਲ ਅਜੇ ਕੋਈ ਅਪਡੇਟ ਨਹੀਂ ਆ ਰਿਹਾ ਹੈਗਾ, ਲੇਕਿਨ ਜਿੰਨੀ ਖ਼ਬਰ ਸਾਨੂੰ ਆਈ ਹੈ ਕਿ ਜਿਹੜਾ ਗੋਲਡੀ ਬਰਾੜ ਹੈ ਉਹਦਾ ਨਾਮ ਕੈਨੇਡਾ ਸਰਕਾਰ ਵੱਲੋਂ 25 ਲੋੜੀਂਦੇ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈਗਾ। ਔਰ ਅੱਗੇ ਇਹਦੇ ਬਾਰੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੈਨੇਡਾ ਸਰਕਾਰ ਵੱਲੋਂ ਜਾਂ ਫਿਰ ਇੰਡੀਅਨ ਗਵਰਨਮੈਂਟ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਇਹਦੇ ਤੇ ਕੀ ਪੈਰਵੀ ਕੀਤੀ ਜਾਂਦੀ ਹੈਗੀ ਹੈ, ਇਹ ਆਉਣ ਵਾਲੇ ਵਕਤ ਦੇ ਵਿੱਚ ਆਪਾਂ ਦੇਖਾਂਗੇ। ਬਾਕੀ ਹਜੇ ਫਿਲਹਾਲ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਉਹ ਇਹੀ ਹੈਗੀ ਹੈ। ਬਹੁਤ ਬਹੁਤ ਧੰਨਵਾਦ ਹਰਵਿੰਦਰ ਸਿੰਘ ਜੀ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ। ਠੀਕ ਹੈ ਹਰਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ।